ਜਦੋਂ ਤੱਕ ਕਿਸੇ ਦੇ ਜ਼ਿਹਨ ਚ ਆਇਆ ਕਿ ਉਹ ਇਹ ਕੀ ਹੋਣ ਲੱਗਾ ਹੈ, ਉਹ ਇਹ ਕਿਤੇ ਗਰੀਬ ਤੇ ਬਾਲ ਉਸ ਇਹਨਾਂ ਦੇ ਸਿਰ ਤੇ ਸ਼ਿਮਲੇ ਇਹਨਾਂ ਦੇ ਸਿਰ ਤੇ ਪੱਗਾਂ ਨਾ ਆ ਜਾਣ, ਤੇ ਉਹਨਾਂ ਨੇ ਉਡਾਤਾ। ਔਰ ਉਡਾ ਕੇ ਕੀ ਕਿਹਾ ਜੀ, ਉਹ ਜਿਹੜੇ ਮੁਹਤਰਮ ਆਏ ਸਨ ਉਹਨਾਂ ਕੀ ਕਿਹਾ, ਉਹਨਾਂ ਕਿਹਾ ਜੀ ਮੈਂ ਰਿਆਸਤ ਮਦੀਨਾ ਬਣਾਵਾਂਗਾ। ਉਹ ਕੀ ਸੀ ਰਿਆਸਤ ਮਦੀਨਾ? ਔਰ ਰਿਆਸਤ ਮਦੀਨਾ ਦੇ ਵਿੱਚ ਲੋਕਾਂ ਦੀਆਂ ਗੱਡੀਆਂ 'ਚ ਹੈਰੋਇਨ ਪਾ ਕੇ ਉਹਨਾਂ ਨੂੰ ਜੇਲ੍ਹਾਂ 'ਚ ਪਾਈਦਾ ਸੀ। ਤੁਸੀਂ ਪਿੰਡੀ ਪੱਟੀਆਂ ਦੇ ਲੋਕ ਹੋ, ਗੈਰਤਮੰਦ ਲੋਕ ਹੋ, ਇੱਕ ਪਿਓ ਦੇ ਦਿਲ 'ਚ ਸਭ ਤੋਂ ਵੱਡਾ ਖਾਬ ਕੀ ਹੁੰਦਾ ਹੈ? ਉਹਦੇ ਦਿਲ 'ਚ ਖਾਬ ਹੁੰਦਾ ਹੈ ਕਿ ਛੋਟੀ ਹੋਵੇ ਵੱਡੀ ਹੋਵੇ ਆਪਣੇ ਪੁੱਤਰ ਦੇ ਸਿਰ ਤੇ ਪੱਗੋਂ ਆਪ ਰੱਖੇ। ਔਰ ਜਿਸ ਦਿਨ ਮੀਆਂ ਨਵਾਜ਼ ਸ਼ਰੀਫ ਆਪਣੇ ਪੁੱਤਰ ਦੀ ਕੰਪਨੀ 'ਚ ਉਹਦੇ ਬੋਰਡ ਤੇ ਸਿਰਫ ਇੱਜ਼ਤ ਵਾਸਤੇ ਕਿ ਉਹਦੇ ਪੁੱਤਰ ਜਿਹੜੇ ਨੇ ਕੰਮ ਕਰ ਰਹੇ ਨੇ, ਹੱਕ ਹਲਾਲ ਦੀ ਰੋਜ਼ੀ ਕਮਾ ਰਹੇ ਨੇ, ਉਹਦੇ ਬੋਰਡ ਤੇ ਜਾ ਬੈਠਿਆ, ਉਹ ਤੁਸੀਂ ਉਹਨੂੰ ਤਨਖਾਹ ਨਾ ਲੈਣ ਤੇ ਕੈਦ ਕਰ ਦਿੱਤਾ? ਆਪਣੇ ਪੁੱਤਰ ਦੀ ਕੰਪਨੀ ਦੇ ਬੋਰਡ ਤੇ ਬਹਿਣ ਵਾਸਤੇ ਕੈਦ ਕਰਤਾ? ਤੁਸੀਂ ਪੈਗਾਮ ਇਹ ਦਿੱਤਾ ਕਿ ਕੋਈ ਪਿਓ ਆਪਣੇ ਪੁੱਤਰ ਦੇ ਸਿਰ ਤੇ ਪੱਗ ਨਾ ਰੱਖੇ, ਕੋਈ ਪਿਓ ਆਪਣੀ ਧੀ ਦੇ ਸਿਰ ਤੇ ਚਾਦਰ ਨਾ ਰੱਖੇ। ਤੁਸੀਂ ਮਰੀਅਮ ਨੂੰ, ਸਾਡੀ ਭੈਣ ਨੂੰ, ਮੀਆਂ ਸਾਹਿਬ ਦੀ ਬੇਟੀ ਨੂੰ, ਉਹਦੀ ਇੱਜ਼ਤ ਨੂੰ ਇਸ ਗੱਲ ਤੇ 7 ਸਾਲ ਸਜ਼ਾ ਦੇ ਦਿੱਤੀ ਕਿ ਇੱਕ ਉਹਦੇ ਵਕੀਲ ਨੇ ਕਾਗਜ਼ ਬਣਾਇਆ ਸੀ ਜਿਹਦੇ ਤੇ ਇੱਕ ਫੌਂਟ ਸੀ, ਉਹ ਹੈ ਸੀ ਪਰ ਮਾਈਕਰੋਸਾਫਟ ਇੱਕ ਕੰਪਨੀ ਨੇ ਜਿਹੜਾ ਆਪਣਾ ਉਹ ਟਾਈਪਿੰਗ ਦਾ ਪ੍ਰੋਗਰਾਮ ਬਣਾਇਆ ਸੀ ਹਾਲੇ ਉਹਦੇ 'ਚ ਆਇਆ ਨਹੀਂ ਸੀ। 7 ਸਾਲ ਤੁਸੀਂ ਸਜ਼ਾ ਦੇ ਦਿੱਤੀ। 7 ਸਾਲ ਸਜ਼ਾ ਇੱਕ ਬਾਪ ਦੇ ਸਾਹਮਣੇ ਉਹਦੀ ਧੀ ਨੂੰ ਰਾਤੀ ਹੱਥ ਕੜੀ ਲਾ ਕੇ ਤੁਸੀਂ ਘਸੀਟ ਕੇ ਲੈ ਗਏ, ਉਹ ਤੁਹਾਨੂੰ ਸ਼ਰਮ ਨਹੀਂ ਆਈ? ਐਸੀ ਰਿਆਸਤ ਮਦੀਨਾ? ਇਹ ਨਹੀਂ ਸੀ ਰਿਆਸਤ ਮਦੀਨਾ, ਇਹ ਤੇ ਜ਼ੁਲਮ ਸੀ। ਔਰ ਇਹ ਜ਼ੁਲਮ ਸਾਰਿਆਂ ਤੇ ਹੋਇਆ। ਇਹ ਸਾਡਾ ਭਰਾ ਅਤਾ ਇੱਥੇ ਬੈਠਾ, ਇਹਨੂੰ ਕਿੰਨੀ ਦਫਾ ਇਹਨਾਂ ਨੇ ਪਾਇਆ ਜੇਲ੍ਹਾਂ ਦੇ ਵਿੱਚ ਔਰ ਥਾਣਿਆਂ ਦੇ ਵਿੱਚ। ਸ਼ਾਹਿਦ ਅਬਾਸੀ ਸਾਹਿਬ ਨੂੰ, ਐਸਨ ਇਕਬਾਲ ਸਾਹਿਬ ਨੂੰ, ਰਾਣਾ ਸਨਾਉਲਾ ਨੂੰ, ਮੈਂ ਕਿਹਦਾ ਕਿਹਦਾ ਨਾਂ ਲਵਾਂ, ਪੂਰੀ ਲੀਡਰਸ਼ਿਪ ਨੂੰ, ਖਾਜਾ ਸਾਦ ਰਫੀਕ ਨੂੰ, ਖਾਜਾ ਸਲਮਾਨ ਰਫੀਕ ਨੂੰ, ਤੁਸੀਂ ਹਰ ਇੱਕ ਨੂੰ ਜੇਲ੍ਹ ਨੇ ਪਾਇਆ। ਔਰ ਇਹ ਕਹਿੰਦੇ ਰਹੇ ਕਿ ਰਿਆਸਤ ਮਦੀਨਾ ਹੈ। ਉਹ ਇਹ ਹਜ਼ਰਤ ਉਮਰ ਫਾਰੂਕ ਰਜ਼ੀ ਅੱਲਾਹ ਤਾਲਾ ਅਨਹੂ ਦਾ ਇਨਸਾਫ, ਜਿਸਲੇ ਉਹ ਨਿਕਲਦੇ ਸਨ ਰਾਤੀ, ਉਹ ਤੁਸੀਂ ਇਹਦੇ ਨਾਲ ਤੁਹਾਨੂੰ ਸ਼ਰਮ ਨਹੀਂ ਆਉਂਦੀ ਰਿਆਸਤ ਮਦੀਨਾ ਦਾ ਨਾਂ ਲੈਂਦੀਆਂ? وزیر مملکت پیٹرولیم مصدق ملک تقریب سے خطاب کر رہے تھے۔ انہوں نے کہا کہ مسلم لیگ نون سے آج بھی عوام کی بہت ساری امیدیں وابستہ ہیں۔ مسلم لیگ نون نے ہمیشہ عوامی فلاح اور خدمت کے لیے اپنا